ਪੰਜਾਬ ਦੇ ਵਿੱਚ ਲੋਹੜੀ ਦਾ ਤਿਉਹਾਰ ਬੜੀ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਅਤੇ ਨਾਭਾ ਦੀ ਸੁਰੈਣਦਾਸ ਕਲੋਨੀ ਵਿੱਚ ਆਂਗਨਵਾੜੀ ਸਕੂਲ ਦੇ ਵਿੱਚ ਧੀਆਂ ਦੀ ਲੋਹੜੀ ਮਨਾਈ ਗਈ। ਇਸ ਵਿੱਚ ਪੰਜਾਬੀ ਲੋਕ ਗਾਇਕ ਹਰਜੀਤ ਹਰਮਨ ਨੇ ਵੀ ਸ਼ਿਰਕਤ ਕੀਤੀ ਅਤੇ ਨਵਜੰਮੀਆਂ ਲੜਕੀਆਂ ਨੂੰ ਸਨਮਾਨਿਤ ਕੀਤਾ ਗਿਆ। ਲੋਕ ਗਾਇਕ ਹਰਜੀਤ ਹਰਮਨ ਨੇ ਕੁਲਦੀਪ ਮਾਨਕ ਦੀਆਂ ਕਲੀਆਂ ਨੂੰ ਵੀ ਲੋਹੜੀ 'ਤੇ ਯਾਦ ਕੀਤਾ। ਇਸ ਮੌਕੇ ਨਵਜੰਮੀਆਂ ਧੀਆਂ ਦੀਆਂ ਮਾਵਾਂ ਵੱਲੋਂ ਗਿੱਧਾ ਭੰਗੜਾ ਪੇਸ਼ ਕੀਤਾ ਗਿਆ। ਇਹਦੇ ਵਿੱਚ ਅਤੇ ਇੱਥੋਂ ਦੇ ਮੁੱਖ ਜਿਹੜੇ ਵਲਕ ਹੈਗੇ ਨੇ ਸਵਾਮਨ ਵਾਲੇ ਹਰਜੀਤ ਕੌਰ, ਉਹਨਾਂ ਨੇ ਅੱਜ ਧੀਆਂ ਦੀ ਲੋਹੜੀ ਮਨਾਈ ਆ ਅਤੇ ਇੱਕ ਬਹੁਤ ਹੀ ਅੱਛਾ ਉਪਰਾਲਾ ਬੱਚੇ ਜਦੋਂ ਦੇਖਦੇ ਨੇ। ਵੈਸੇ ਵੀ ਸਾਡੇ ਧਰਮ ਦੇ ਵਿੱਚ ਜਿਹੜੇ ਔਰਤ ਨੂੰ ਬਹੁਤ ਹੀ ਵੱਡਾ ਸਤਿਕਾਰ ਦਿੱਤਾ ਗਿਆ, ਵੈਸੇ ਦੇਣਾ ਵੀ ਬਣਦਾ ਜੇ ਅਸਲੀ ਆਪਾਂ ਇਨਸਾਨ ਦੇ ਰੂਪ ਦੇ ਵਿੱਚ ਸੋਚੀਏ ਤਾਂ, ਅਤੇ ਬਹੁਤ ਹੀ ਅੱਛਾ ਉਪਰਾਲਾ ਧੀਆਂ ਨੂੰ ਵੈਸੇ ਵੀ ਸਾਡੇ ਸੰਵਿਧਾਨ ਨੇ ਵੀ ਦਰਜਾ ਦਿੱਤਾ ਹੋਇਆ, ਸਾਡੇ ਦਿਲ ਨੇ ਦਰਜਾ ਨਹੀਂ ਦਿੱਤਾ। ਮੈਂ ਕਹਿੰਦਾ ਕਿ ਆਪਾਂ ਸਾਨੂੰ ਇਹ ਦਰਜਾ ਆਪਣੇ ਦਿਲ ਤੋਂ ਆਪਣੇ ਘਰ ਤੋਂ ਸ਼ੁਰੂ ਕਰਨਾ ਦੇਣਾ ਚਾਹੀਦਾ ਅਤੇ ਧੀਆਂ ਦਾ ਨੂੰ ਵੀ ਇੱਜ਼ਤ ਉਨੀ ਓ ਦੇਣੀ ਚਾਹੀਦੀ ਹੈ ਜਿੰਨੀ ਕਿ ਆਪਾਂ ਆਪਣੇ ਪੁੱਤਰ ਨੂੰ ਦਿੰਦੇ ਹਾਂ। ਹਾਂ, ਮੇਰੇ ਮਾਣਕ ਸਾਹਿਬ ਦੀਆਂ ਲਾਈਨਾਂ ਯਾਦ ਆਉਂਦੀਆਂ, ਮੈਂ ਅਜੇ ਇੱਦਾਂ ਦਾ ਕੋਈ ਗੀਤ ਨਹੀਂ ਗਿਆ। ਹੋ ਕੀ ਹੋਇਆ ਧੀ ਜੰਮ ਪੀ, ਚਲੋ ਕੁੱਖ ਤਾਂ ਸੁਲੱਖਣੀ ਹੋਈ ਵੀ, ਧੀ ਵੀ ਤਾਂ ਦਾਤ ਰੱਬ ਦੀ, ਪੈੜੀ ਦੁਨੀਆ ਜਾਂਦੀ ਐ ਮੇ ਰੋਈ ਵੀ, ਕੀ ਹੋਇਆ ਧੀ ਜੰਮ ਪੀ। ਅੱਗੇ ਮੈਂ ਸਮਝਦਾ ਕਿ ਗਾਣਿਆਂ ਦੇ ਵਿੱਚ ਬੜਾ ਕੁਛ ਸਿੱਖਣ ਨੂੰ ਮਿਲਦਾ ਸੀ ਅਤੇ ਹਰ ਇੱਕ ਰਿਸ਼ਤੇ ਦੇ ਉੱਤੇ ਗਾਣੇ ਬਣਦੇ ਸੀ। ਮਾਣਕ ਸਾਹਿਬ ਦਾ ਇਹ ਗਾਣਾ ਮੈਂ ਬਹੁਤ ਸੁਣਿਆ ਅਤੇ ਇਸ ਮੌਕੇ ਦੇ ਉੱਤੇ ਮੈਨੂੰ ਲੱਗਿਆ ਕਿ ਬਹੁਤ ਹੀ ਢੁੱਕਵਾਂ ਗਾਣਾ ਮਾਣਕ ਸਾਹਿਬ ਨੇ ਗਾਇਆ ਸੀ। ਸਾਲ ਤੋਂ ਜਿਹੜੀ ਸੁਰੈਣਦਾਸ ਕਲੋਨੀ ਦੇ ਵਿੱਚ ਆਂਗਨਵਾੜੀ ਵਰਕਰ ਨੇ ਸਾਡੇ ਹਰਜੀਤ ਕੌਰ ਜੀ ਅਤੇ ਹੈਲਪਰ ਨੇ ਸਾਡੇ ਜਸਪਾਲ ਕੌਰ ਜੀ, ਇਹਨਾਂ ਦੇ ਵੱਲੋਂ ਜਿਹੜੀ ਸਾਡੇ ਆਜ਼ਾਦ ਵੈਲਫੇਅਰ ਐਂਡ ਸਪੋਰਟਸ ਕਲੱਬ ਦੇ ਸਹਿਯੋਗ ਨਾਲ ਜਿਹੜਾ ਮਨਾਇਆ ਜਾ ਰਿਹਾ ਤਿਉਹਾਰ, ਕਿਉਂਕਿ ਜਿਹੜਾ ਸਾਡਾ ਸਮਾਜ ਆ ਉਹ ਧੀਆਂ ਨੂੰ ਜਦੋਂ ਕੁੜੀ ਜੰਮਦੀ ਆ ਕਿਸੇ ਦੇ ਘਰ ਤਾਂ ਸੋਗ ਪੈ ਜਾਂਦਾ, ਪਰ ਅਸੀਂ ਕਹਿੰਦੇ ਹਾਂ ਵੀ ਧੀਆਂ ਜੰਮਣ ਅਤੇ ਖੁਸ਼ੀਆਂ ਮਨਾਉਣੀਆਂ ਚਾਹੀਦੀਆਂ ਨੇ, ਕਿਉਂਕਿ ਧੀਆਂ ਅੱਜ ਹਰ ਖੇਤਰ ਦੇ ਵਿੱਚ ਮੋਹਰੀ ਨੇ। ਧੀਆਂ ਨੂੰ ਘਰਾਂ ਦੇ ਅੰਦਰ ਮਾਣ ਸਤਿਕਾਰ ਜਿਹੜਾ ਉਹ ਦੇਣਾ ਚਾਹੀਦਾ, ਚਾਹੇ ਨੌਕਰੀਆਂ ਦੇ ਵਿੱਚ ਨੇ, ਚਾਹੇ ਵੱਡੀਆਂ ਪਦਵੀਆਂ 'ਤੇ ਨੇ, ਚਾਹੇ ਰਾਸ਼ਟਰਪਤੀ ਤੱਕ ਸਾਡੀਆਂ ਧੀਆਂ ਜਿਹੜੀਆਂ ਉਹ ਕੁਰਸੀ 'ਤੇ ਬਿਰਾਜਮਾਨ ਹੋਈਆਂ ਨੇ। ਇਸ ਕਰਕੇ ਸਾਨੂੰ ਮੁੰਡਿਆਂ ਦੇ ਬਰਾਬਰ ਦੇ ਹੱਕ ਕੁੜੀਆਂ ਨੂੰ ਵੀ ਦੇਣੇ ਚਾਹੀਦੇ ਨੇ। ਇਸੇ ਕਰਕੇ ਜਿਹੜਾ ਇਹ ਸੁਰੈਣਦਾਸ ਕਲੋਨੀ ਵਿਖੇ ਅਸੀਂ ਜਿਹੜਾ ਆਂਗਨਵਾੜੀ ਸੈਂਟਰ ਵੱਲੋਂ ਜਿਹੜਾ ਇਹ ਲੋਹੜੀ ਧੀਆਂ ਦੀ ਤਿਉਹਾਰ ਸ਼ੁਰੂ ਕਰਿਆ, ਜਿਸ ਤਹਿਤ ਅੱਜ ਅਸੀਂ ਕੁੜੀਆਂ ਜਿਹੜੀਆਂ ਨਵਜੰਮੀਆਂ ਬੱਚੀਆਂ ਨੇ ਉਹਨਾਂ ਦੀ ਲੋਹੜੀ ਮਨਾ ਰਹੇ। ਇਹ ਸ਼ਲਾਘਾ ਜੋ ਕਦਮ ਹੈ ਜੋ ਇਹ ਆਂਗਨਵਾੜੀ ਸੈਂਟਰ ਵੱਲੋਂ ਮਨਾਇਆ ਜਾ ਰਿਹਾ, ਇਹ ਪਿਛਲੇ ਸਾਲ ਤੋਂ ਇਹਨਾਂ ਨੇ ਇਹ ਉੱਦਮ ਉਪਰਾਲਾ ਕੀਤਾ, ਮੈਂ ਇਸਦੀ ਬਹੁਤ ਹੀ ਸ਼ਲਾਘਾ ਕਰਦੀ ਹਾਂ। ਜੋ ਇਹ ਤਿਉਹਾਰ ਲੋਹੜੀ ਦਾ ਇਹਦਾ ਜੋ ਮਤਲਬ ਹੋਂਦ ਹੋਈ ਹੈ, ਇਹ ਦੋ ਕੁੜੀਆਂ ਤੋਂ ਹੀ ਹੋਈ ਹੈ। ਦੁੱਲਾ ਭੱਟੀ ਨੇ ਉਹ ਸੁੰਦਰੀ ਮੁੰਦਰੀ ਦੀ ਰੱਖਿਆ ਕਰੀ ਸੀ, ਉਦੋਂ ਤੋਂ ਹੀ ਇਹ ਤਿਉਹਾਰ ਮਨਾਇਆ ਜਾ ਰਿਹਾ। ਜੋ ਇਹਦੀ ਹੋਂਦ ਹੈ ਉਹ ਕੁੜੀਆਂ ਤੋਂ ਹੀ ਹੈ, ਮਤਲਬ ਇਹ ਜੋ ਸਮੇਂ ਦੀ ਸੋਚ ਨਾਲ ਬਦਲ ਕੇ ਮੁੰਡਿਆਂ 'ਤੇ ਹੀ ਕੇਂਦਰਿਤ ਰਹਿ ਗਿਆ ਸੀ, ਹੁਣ ਇਹ ਬਹੁਤ ਹੀ ਮਤਲਬ ਕੁਛ ਡਿਪਾਰਟਮੈਂਟਸ ਵੱਲੋਂ ਇਹ ਵਧੀਆ ਉਪਰਾਲਾ ਕੀਤਾ ਜਾ ਰਿਹਾ ਵੀ ਕੁੜੀਆਂ ਨੂੰ ਅੱਗੇ ਲਿਆਉਣ ਦਾ, ਕੁੜੀਆਂ ਨੂੰ ਵੀ ਮੁੰਡਿਆਂ ਦੇ ਬਰਾਬਰ ਯੋਗਦਾਨ ਦੇਣ ਲਈ ਇਹ ਉੱਦਮ ਉਪਰਾਲੇ ਕੀਤੇ ਜਾ ਰਹੇ ਹਨ। ਮੈਂ ਇਹਨਾਂ ਦੀ ਬਹੁਤ ਸ਼ਲਾਘਾ ਕਰਦੀ ਹਾਂ, ਇਸ ਡਿਪਾਰਟਮੈਂਟ ਨੂੰ ਵੀ ਬਹੁਤ ਵਧਾਈ ਦਿੰਦੀ ਹਾਂ ਵੀ ਇਹ ਇਸ ਤਰ੍ਹਾਂ ਦੇ ਉਪਰਾਲੇ ਕਰ ਰਹੇ ਹਨ। ਇਹ ਜੋ ਸਮਾਜਿਕ ਤੌਰ 'ਤੇ ਇਹ ਉਪਰਾਲੇ ਹੋ ਰਹੇ ਹਨ, ਅਤੇ ਮੈਂ ਇਹ ਪਰਿਵਾਰਿਕ ਤੌਰ 'ਤੇ ਵੀ ਸਲਾਹ ਦੇ ਰਹੀ ਹਾਂ ਵੀ ਮੁੰਡਿਆਂ ਦੇ ਨਾਲ ਬਰਾਬਰ ਕੁੜੀਆਂ ਦੀ ਵੀ ਲੋਹੜੀ ਮਨਾਈ ਜਾਵੇ, ਕੁੜੀਆਂ ਲਈ ਵੀ ਤਿਉਹਾਰ ਸ਼ਗਨ ਮਤਲਬ ਕੀਤੇ ਜਾਣ, ਜਿਵੇਂ ਆਪਾਂ ਮੁੰਡਿਆਂ ਦੇ ਸ਼ਗਨ ਮਨਾਉਂਦੇ ਹਾਂ, ਮੁੰਡੇ ਜੰਮਣ 'ਤੇ ਲੱਡੂ ਵੰਡਦੇ ਹਾਂ, ਹੋਰ ਸੋ ਗਿਫਟ ਆਪਾਂ ਰਿਸ਼ਤੇਦਾਰਾਂ 'ਚ ਵੰਡਦੇ ਹਾਂ, ਇਸੇ ਤਰ੍ਹਾਂ ਹੀ ਆਪਾਂ ਕੁੜੀਆਂ ਨੂੰ ਵੀ ਬਰਾਬਰ ਮਤਲਬ ਸਮਾਜ ਦੇ ਵਿੱਚ ਦਰਜਾ ਦੇਈਏ। ਆਵਾਜ਼ ਕੰਮ ਟੀਵੀ ਲਈ ਨਾਭਾ ਤੋਂ ਤਰੁਣ ਮਹਿਤਾ ਦੀ ਰਿਪੋਰਟ।